ਹੈਲੋ ਦੋਸਤੋ, ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਪਿਛਲੇ ਕੁਝ ਦਿਨਾਂ ਵਿੱਚ ਅਸੀਂ ਇੱਕ ਵੀਡੀਓ ਪਾਈ ਸੀ ਕਿ ਸਾਨੂੰ ਇੱਕ ਬੁਲਬੁਲ ਦੇ 3 ਬੱਚੇ ਮਿਲੇ ਸਨ ਜਿਨ੍ਹਾਂ ਦੀ ਕਿ ਮਾਂ ਮਰ ਚੁੱਕੀ ਸੀ, ਅਤੇ ਅਸੀਂ ਇਹਨਾਂ 3 ਬੱਚਿਆਂ ਨੂੰ ਪਾਲਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ, ਲੇਕਿਨ ਅਸੀਂ ਇਸ ਕੋਸ਼ਿਸ਼ ਵਿੱਚ ਕਾਮਯਾਬ ਨਹੀਂ ਹੋ ਸਕੇ। ਤੁਸੀਂ ਦੇਖ ਰਹੇ ਹੋਵੋਗੇ ਕਿ ਅੱਜ ਅਸੀਂ ਪੁਰਾਣੀ ਵੀਡੀਓ ਦਿਖਾ ਰਹੇ ਹਾਂ ਜਿਸ ਵਿੱਚ ਕਿ ਇਹ 3 ਬੱਚੇ ਸਹੀ ਸਲਾਮਤ ਨੇ ਅਤੇ ਇਹ 3 ਬੱਚੇ ਚੋਗਾ ਲੈ ਰਹੇ ਨੇ। ਵਾਰੀ ਵਾਰੀ 3 ਬੱਚੇ ਆਪਣਾ ਮੂੰਹ ਖੋਲ੍ਹ ਰਹੇ ਨੇ ਚੋਗਾ ਲੈਣ ਲਈ, ਪਰ ਹੁਣ ਅਜਿਹਾ ਨਹੀਂ ਹੋਇਆ। ਜਿਵੇਂ ਜਿਵੇਂ ਦਿਨ ਬੀਤੇ ਗਏ, ਇੱਕ ਦਿਨ ਸਭ ਤੋਂ ਪਹਿਲਾਂ ਜੋ ਕਮਜ਼ੋਰ ਬੱਚਾ ਸੀ ਉਸਦੀ ਡੈਥ ਹੋ ਗਈ, ਉਸ ਦੇ ਬਾਅਦ ਦੂਸਰੇ ਦੀ, ਔਰ ਅਗਲੇ ਤੀਸਰੇ ਦਿਨ ਉਸ ਤੋਂ ਵੱਡੇ ਦੀ। ਯਾਨੀ ਕਿ ਇਹ 3 ਬੱਚੇ ਸਨ, ਇੱਕ ਛੋਟਾ ਸੀ, ਇੱਕ ਉਸ ਤੋਂ ਵੱਡਾ ਅਤੇ ਇੱਕ ਉਸ ਤੋਂ ਵੱਡਾ। ਇਹ 3 ਬੱਚੇ ਇੱਕ ਇੱਕ ਦਿਨ ਪਾ ਕੇ ਮਰ ਗਏ। ਸਾਨੂੰ ਬਹੁਤ ਦੁੱਖ ਹੋਇਆ ਕਿ ਅਸੀਂ ਇਹਨਾਂ ਦੀ ਚੰਗੇ ਤਰੀਕੇ ਨਾਲ ਸਾਂਭ ਸੰਭਾਲ ਨਹੀਂ ਕਰ ਪਾਏ। ਅਸੀਂ ਇਹਨਾਂ ਬਾਰੇ ਕੁਛ ਜ਼ਿਆਦਾ ਨਹੀਂ ਜਾਣਦੇ ਸਨ, ਅਸੀਂ ਸਿਰਫ ਯੂਟਿਊਬ ਤੋਂ ਹੀ ਦੇਖਿਆ ਸੀ ਕਿ ਇਹਨਾਂ ਨੂੰ ਕਿਵੇਂ ਪਾਲਿਆ ਜਾਂਦਾ ਹੈ। ਜਿਵੇਂ ਉਹਨਾਂ ਨੇ ਸਾਨੂੰ ਦੱਸਿਆ, ਉਸੇ ਤਰੀਕੇ ਨਾਲ ਅਸੀਂ ਇਹਨਾਂ ਨੂੰ ਪਾਲਣ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇਸ ਵਿੱਚ ਕਾਮਯਾਬ ਨਹੀਂ ਹੋ ਪਾਏ। ਇਸ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਕਿ ਅਸੀਂ ਇਹਨਾਂ ਬੇਜ਼ੁਬਾਨ ਬੱਚਿਆਂ ਨੂੰ ਨਹੀਂ ਬਚਾ ਪਾਏ। ਇਸ ਵੀਡੀਓ ਵਿੱਚ ਤਾਂ ਬੱਚੇ ਬਹੁਤ ਅੱਛੇ ਤਰੀਕੇ ਨਾਲ ਫੀਡ ਕਰ ਰਹੇ ਹਨ, ਲੇਕਿਨ ਜਿਵੇਂ ਸ਼ਾਮ ਹੋਈ ਤਾਂ ਜੋ ਸਭ ਤੋਂ ਪਹਿਲਾਂ ਕਮਜ਼ੋਰਾ ਬੱਚਾ ਸੀ ਉਸਨੇ ਫੀਡ ਲੈਣੀ ਬੰਦ ਕਰ ਦਿੱਤੀ, ਯਾਨੀ ਕਿ ਉਸਨੇ ਚੋਗਾ ਲੈਣਾ ਬੰਦ ਕਰ ਦਿੱਤਾ। ਇਹ ਸਭ ਤੋਂ ਛੋਟਾ ਬੱਚਾ ਸੀ ਜਿਸ ਦੀ ਕਿ ਹੁਣ ਮੌਤ ਹੋ ਚੁੱਕੀ ਹੈ। ਸਾਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਇਸ ਬੇਜਵਾਨ ਜੀਵ ਨੂੰ ਨਹੀਂ ਬਚਾ ਪਾਏ। ਅਸੀਂ ਰੱਬ ਨਾਲ ਇਸ ਗੱਲ ਦਾ ਗਿਲਾ ਕਰਦੇ ਹਾਂ ਕਿ ਜੇ ਇਹ ਬੱਚੇ ਸਾਡੇ ਹੱਥੋਂ ਬਚਾਉਣੇ ਹੀ ਨਹੀਂ ਸਨ ਤਾਂ ਸਾਨੂੰ ਇਹਨਾਂ ਦੀ ਦੇਖਭਾਲ ਕਰਨ ਦਾ ਮੌਕਾ ਵੀ ਕਿਉਂ ਦਿੱਤਾ। ਇਸ ਬੱਚੇ ਨੂੰ ਅਸੀਂ ਸਿਰਫ 1 ਤੋਂ 2 ਵਾਰ ਹੀ ਚੋਗਾ ਦੇ ਪਾਏ ਅਤੇ ਉਸ ਤੋਂ ਬਾਅਦ ਇਹ ਬੱਚਾ ਮਰ ਗਿਆ। ਸਾਨੂੰ ਸੱਚਮੁੱਚ ਬਹੁਤ ਦੁੱਖ ਹੈ ਕਿ ਅਸੀਂ ਇਸ ਬੇਜਵਾਨ ਜੀਵ ਨੂੰ ਨਹੀਂ ਬਚਾ ਪਾਏ। ਸਾਨੂੰ ਸੱਚਮੁੱਚ ਨਹੀਂ ਪਤਾ ਕਿ ਇਹਨਾਂ ਨੂੰ ਕਿਵੇਂ ਸਾਂਭ ਸੰਭਾਲ ਕਰਕੇ ਪਾਲਿਆ ਜਾਂਦਾ ਹੈ। ਅਗਰ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਵਿੱਚ ਜ਼ਰੂਰ ਦੱਸਣਾ, ਤਾਂ ਜੋ ਅੱਗੇ ਤੋਂ ਅਜਿਹੀ ਘਟਨਾ ਹੋਵੇ ਤਾਂ ਅਸੀਂ ਇਹਨਾਂ ਬੱਚਿਆਂ ਦੀ ਚੰਗੀ ਸਾਂਭ ਸੰਭਾਲ ਕਰ ਸਕੀਏ। ਅਤੇ ਹੁਣ ਜਦੋਂ ਬਾਕੀ ਬੱਚੇ ਸਨ ਤਾਂ ਅਸੀਂ ਉਹਨਾਂ ਨੂੰ ਇਸ ਤਰ੍ਹਾਂ ਬਲਬ ਜਗਾ ਕੇ ਹੀਟ ਦੇਣ ਦੀ ਕੋਸ਼ਿਸ਼ ਕੀਤੀ। ਇਸ ਬੱਚੇ ਨੂੰ ਅਸੀਂ ਸਾਈਡ 'ਤੇ ਹੀ ਰੱਖਿਆ ਸੀ ਅਤੇ ਅਸੀਂ ਇਸ ਵਕਤ ਦੂਜੇ ਦੋਨਾਂ ਬੱਚਿਆਂ ਨੂੰ ਅਲੱਗ ਅਲੱਗ ਕਰ ਦਿੱਤਾ ਸੀ, ਕਿਉਂਕਿ ਜੋ ਦੂਜੇ 2 ਬੱਚੇ ਸਨ ਉਹਨਾਂ ਵਿੱਚੋਂ ਵੀ ਇੱਕ ਕਮਜ਼ੋਰਾ ਲੱਗ ਰਿਹਾ ਸੀ, ਇਸ ਲਈ ਅਸੀਂ ਉਹਨੂੰ ਅਲੱਗ ਕਰ ਦਿੱਤਾ ਅਤੇ ਜੋ ਸਭ ਤੋਂ ਵੱਡਾ ਸੀ ਅਸੀਂ ਉਸਨੂੰ ਅਲੱਗ ਕਰ ਦਿੱਤਾ। ਹੁਣ ਅਗਲਾ ਦਿਨ ਸੀ ਅਤੇ ਅਸੀਂ ਇਹਨਾਂ 2 ਬੱਚਿਆਂ ਨੂੰ ਫੀਡ ਤਾਂ ਕਰਾ ਦਿੱਤੀ ਸੀ, ਪਰ ਜੋ ਛੋਟਾ ਬੱਚਾ ਸੀ ਉਹ ਠੀਕ ਤਰੀਕੇ ਨਾਲ ਸਾਹ ਨਹੀਂ ਲੈ ਪਾ ਰਿਹਾ ਸੀ, ਇਸ ਲਈ ਅਸੀਂ ਉਸਨੂੰ ਅਲੱਗ ਕੀਤਾ ਅਤੇ ਇੱਥੇ ਇੱਕ ਡੱਬੇ ਵਿੱਚ ਬਲਬ ਲਗਾ ਕੇ ਇਹਨਾਂ ਨੂੰ ਗਰਮੈਸ਼ ਦੇਣ ਦੀ ਕੋਸ਼ਿਸ਼ ਕੀਤੀ। ਸਾਡੇ ਘਰ ਵਿੱਚ ਅਕਸਰ ਹੀ ਬੁਲਬੁਲ ਆਲਣੇ ਪਾਉਂਦੀ ਰਹਿੰਦੀ ਹੈ ਅਤੇ ਅਸੀਂ ਕਈ ਵਾਰ ਦੇਖਿਆ ਕਿ ਬੁਲਬੁਲ ਆਪਣੇ ਬੱਚਿਆਂ ਨੂੰ ਸੁੰਡੀਆਂ, ਕੀੜੇ ਮਕੌੜੇ ਖਵਾਉਂਦੀ ਰਹਿੰਦੀ ਹੈ। ਅਸੀਂ ਯੂਟਿਊਬ 'ਤੇ ਵੀ ਦੇਖਿਆ ਕਿ ਬੁਲਬੁਲਾਂ ਅਕਸਰ ਆਪਣੇ ਬੱਚਿਆਂ ਨੂੰ ਕੀੜੇ ਮਕੌੜੇ ਖਵਾ ਕੇ ਹੀ ਪਾਲਦੀਆਂ ਹਨ। ਇਸ ਲਈ ਅਸੀਂ ਇਹਨਾਂ ਬੱਚਿਆਂ ਲਈ ਇੱਕ ਟਿੱਡਾ ਲੱਭ ਕੇ ਲਿਆਂਦਾ ਸੀ ਜੋ ਕਿ ਅਸੀਂ ਇਸ ਛੋਟੇ ਬੱਚੇ ਨੂੰ ਖਵਾਉਣਾ ਚਾਹਿਆ, ਪਰ ਇਹ ਛੋਟਾ ਬੱਚਾ ਇਸ ਟਿੱਡੇ ਨੂੰ ਨਹੀਂ ਖਾ ਰਿਹਾ ਸੀ, ਕਿਉਂਕਿ ਜਦ ਬੱਚਾ ਮੂੰਹ ਖੋਲ੍ਹਦਾ ਸੀ ਤਾਂ ਸਾਡੇ ਤੋਂ ਟਿੱਡਾ ਇਸ ਦੇ ਮੂੰਹ ਵਿੱਚ ਨਹੀਂ ਪੈਂਦਾ ਸੀ।
ਅਤੇ ਜਦ ਇਹ ਮੂੰਹ ਖੋਲ੍ਹਦਾ ਸੀ ਤਾਂ ਸਾਡੇ ਤੋਂ ਟਿੱਡਾ ਇਸਦੇ ਮੂੰਹ ਵਿੱਚ ਨਹੀਂ ਪਾਇਆ ਜਾਂਦਾ ਸੀ। ਅਸੀਂ ਕੋਸ਼ਿਸ਼ ਕਰਕੇ ਇਸ ਬੱਚੇ ਨੂੰ ਟਿੱਡਾ ਖਵਾ ਤਾਂ ਦਿੱਤਾ ਪਰ ਉਸਦੇ ਗਲੇ ਵਿੱਚ ਹੀ ਅਟਕ ਗਿਆ। ਇਸ ਲਈ ਅਸੀਂ ਫਿਰ ਤੋਂ ਉਹ ਟਿੱਡਾ ਉਸਦੇ ਮੂੰਹ ਵਿੱਚੋਂ ਬਾਹਰ ਕੱਢ ਲਿਆ ਕਿਉਂਕਿ ਉਸਨੂੰ ਸਾਹ ਲੈਣ ਵਿੱਚ ਪ੍ਰੋਬਲਮ ਆ ਰਹੀ ਸੀ। ਤਾਂ ਇਹ ਖਾਣਾ ਅਸੀਂ ਦੂਸਰੇ ਬੱਚੇ ਨੂੰ ਖਵਾ ਦਿੱਤਾ ਪਰ ਇਹ ਕਿਸੇ ਤਰ੍ਹਾਂ ਦਾ ਵੀ ਖਾਣਾ ਖਾਣ ਦੇ ਬਾਵਜੂਦ ਨਹੀਂ ਬਚ ਪਾਏ। ਸ਼ਾਇਦ ਇਹ ਆਪਣੀ ਮਾਂ ਦਾ ਸਦਮਾ ਨਾ ਸਹਿ ਪਾਏ ਹੋਣ ਜਾਂ ਕੋਈ ਹੋਰ ਕਾਰਨ ਬਣ ਗਿਆ ਹੋਵੇ। ਪਰ ਸਾਨੂੰ ਬਹੁਤ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਇਹਨਾਂ ਬੱਚਿਆਂ ਦੀ ਠੀਕ ਤਰੀਕੇ ਨਾਲ ਦੇਖਭਾਲ ਨਹੀਂ ਕਰ ਪਾਏ। ਕਈ ਵਾਰ ਜਦ ਇਹ ਬੱਚੇ ਮੂੰਹ ਨਹੀਂ ਖੋਲ੍ਹਦੇ ਸਨ ਤਾਂ ਅਸੀਂ ਮੋਬਾਈਲ ਵਿੱਚ ਕੋਇਲ ਦੀ ਆਵਾਜ਼ ਲਾ ਕੇ ਜੋ ਕਿ ਬੇਬੀ ਫੀਡਿੰਗ ਸਾਊਂਡ ਵਾਲਾ ਲਗਾ ਕੇ ਇਹਨਾਂ ਨੂੰ ਖਾਣਾ ਖਵਾਉਣ ਦੀ ਕੋਸ਼ਿਸ਼ ਕਰਦੇ ਸਾਂ ਲੇਕਿਨ ਇਹਨਾਂ ਨੇ ਫਿਰ ਵੀ ਮੂੰਹ ਖੋਲ੍ਹਣਾ ਬੰਦ ਕਰ ਦਿੱਤਾ। ਤਾਂ ਅੰਤ ਇਹ ਦੂਸਰਾ ਬੱਚਾ ਵੀ ਮਰ ਗਿਆ ਅਤੇ ਅਸੀਂ ਇਹਨਾਂ ਦੋਵਾਂ ਬੱਚਿਆਂ ਨੂੰ ਇਕੱਠੇ ਹੀ ਇੱਥੇ ਦੱਬ ਦਿੱਤਾ। ਫਿਰ ਅਸੀਂ ਤੀਸਰੇ ਬੱਚੇ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਉਸਨੂੰ ਵੀ ਨਹੀਂ ਬਚਾ ਸਕੇ। ਰੱਬ ਇਹਨਾਂ ਦੀ ਰੂਹ ਨੂੰ ਸਲਾਮਤੀ ਬਖਸ਼ੇ। ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜੇ ਤੂੰ ਬੱਚੇ ਦਿੱਤੇ ਹਨ ਤਾਂ ਉਹਨਾਂ ਦੀ ਮਾਂ ਨੂੰ ਸਹੀ ਸਲਾਮਤ ਰੱਖੀ ਜਿੰਨਾ ਚਿਰ ਉਹ ਬੱਚੇ ਆਪਣਾ ਉੱਡ ਕੇ ਖਾਣਾ ਪੀਣਾ ਨਾ ਖਾ ਸਕਦੇ ਹੋਣ। ਇਹ ਬੱਚੇ ਸਾਂ ਸਿਰਫ ਅਜੇ ਜੰਮਿਆਂ ਨੂੰ 2 ਤੋਂ 3 ਦਿਨ ਹੀ ਹੋਏ ਸਨ ਕਿ ਜਦ ਇਹਨਾਂ ਦੀ ਮਾਂ ਮਰ ਚੁੱਕੀ ਹੋਈ ਸੀ। ਅਸੀਂ ਅਚਾਨਕ ਦੇਖਿਆ ਤਾਂ ਅਸੀਂ ਦੇਖਿਆ ਕਿ ਉੱਥੇ ਇਹਨਾਂ ਦੀ ਮਾਂ ਮਰ ਚੁੱਕੀ ਹੈ। ਤਾਂ ਅਸੀਂ ਇਹਨਾਂ ਬੱਚਿਆਂ ਨੂੰ ਚੁੱਕ ਲਿਆਈ ਕਿ ਸ਼ਾਇਦ ਅਸੀਂ ਇਹਨਾਂ ਦੀ ਦੇਖਭਾਲ ਕਰਨੀ ਹੈ ਅਤੇ ਅਸੀਂ ਹੀ ਇਹਨਾਂ ਨੂੰ ਬਚਾਉਣਾ ਹੈ। ਇਸ ਲਈ ਅਸੀਂ ਇਹਨਾਂ ਨੂੰ ਇੱਥੋਂ ਚੁੱਕ ਲਿਆਏ ਸੀ ਅਤੇ ਪਾਲਣ ਦੀ ਕੋਸ਼ਿਸ਼ ਕੀਤੀ ਪਰ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਅਸੀਂ ਪਾਲਣ ਵਿੱਚ ਅਸਮਰੱਥ ਰਹੇ। ਤਾਂ ਇਹ ਤੀਸਰੇ ਬੱਚੇ ਦੀ ਵੀਡੀਓ ਰਿਕਾਰਡਿੰਗ ਹੈ ਜੋ ਕਿ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਤੜਫ ਰਿਹਾ ਹੈ। ਇਸ ਤੋਂ ਬਾਅਦ ਅਸੀਂ ਇਸ ਦੀ ਵੀਡੀਓ ਨਹੀਂ ਰਿਕਾਰਡ ਕਰ ਸਕੇ। ਸਾਡਾ ਮਨ ਨਹੀਂ ਕੀਤਾ ਇਹਨਾਂ ਦੀ ਵੀਡੀਓ ਬਣਾਉਣ ਨੂੰ ਕਿ ਵਿਚਾਰੇ ਕਿਸ ਤਰ੍ਹਾਂ ਤੜਫ ਰਹੇ ਨੇ। ਅਤੇ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਰੱਬ ਜਿਸਨੂੰ ਵੀ ਜੂਨੀ ਬਖਸ਼ੇ ਉਹ ਸਹੀ ਸਲਾਮਤ ਆਪਣੀ ਜੂਨੀ ਇੱਥੋਂ ਕੱਟ ਕੇ ਜਾਵੇ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਨਵੀਂ ਵੀਡੀਓ ਵਿੱਚ।